ਕੀ ਕਹਾਣੀ ਉਸ ਬੱਚੇ ਦੀ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ? ਤਾਂ ਮੈਨੂੰ ਕੋਆਰਡੀਨੇਟਰ ਦੀ ਕਾਲ ਆਈ, ਮੈਂ ਉਦੋਂ ਡਾਇਰੈਕਟਰ ਹੁੰਦਾ ਸੀ ਚਾਈਲਡਲਾਈਨ ਦਾ। ਉਹ ਕਹਿੰਦੇ ਵੀ ਸਾਰਾ ਇੱਦਾਂ ਇੱਕ ਬੱਚਾ ਮਿਲਿਆ, ਇੰਨੇ ਕੁ ਸਾਲ ਦਾ ਉਹਦੀ ਉਮਰ ਹੈ, ਉਹ ਬੱਚਾ ਮਿਲਿਆ ਤਾਂ ਉਹਨਾਂ ਨੇ ਮੈਡੀਕਲ ਕਰਵਾਇਆ, ਕਹਿੰਦੇ ਜੀ ਗੂੰਗਾ ਅਤੇ ਬੋਲਾ ਹੈ। ਕੋਸ਼ਿਸ਼ ਇਹ ਹੁੰਦੀ ਆ ਵੀ ਪਹਿਲਾਂ ਬੱਚਾ ਪੇਰੈਂਟਸ ਕੋਲ ਜਾਵੇ, ਜੇ ਨਹੀਂ ਹੁੰਦਾ ਫਿਰ ਤਾਂ ਇੱਕ ਸਿਸਟਮ ਹੈ ਅਡੋਪਸ਼ਨ ਦਾ, ਤਾਂ ਗੌਰਮੈਂਟ ਦੇ ਸਿਸਟਮ 'ਚ ਪਾ ਦਿੰਦੇ ਹਾਂ। ਲਗਭਗ ਉਹ ਸਾਡੇ ਕੋਲ 2.5 ਸਾਲ ਰਿਹਾ ਇੱਥੇ। ਉਹ ਸਾਈਨ ਲੈਂਗੁਏਜ ਵਿੱਚ ਆ ਕੇ ਜਿਹੜੇ ਸਾਡੇ ਪ੍ਰਧਾਨ ਨੇ ਇੱਥੇ, ਭੈਣ ਜੀ ਜਸਵੀਰ ਕੌਰ, ਉਹਨਾਂ ਨੂੰ ਉਹਨੇ ਪਹੁੰਚ ਕੀਤੀ ਵੀ ਮੈਨੂੰ ਨਾ ਮੈਨੂੰ ਵੀ ਪੇਰੈਂਟਸ ਲੱਭ ਦਿਉ ਵੀ ਮੇਰੇ ਪਾਸ। 2 ਜਗ੍ਹਾ ਤੋਂ ਰਿਜੈਕਟ ਹੋ ਗਿਆ, ਇੰਡੀਆ ਦੇ ਵਿੱਚ ਰਿਜੈਕਟ ਹੋਣ ਤੋਂ ਬਾਅਦ ਫਿਰ ਉਹ ਵਿਦੇਸ਼ ਦੇ ਲਈ ਖੋਲ੍ਹ ਦਿੰਦੇ ਆ, ਕੁਛ ਸਟੇਟਾਂ ਕੁਛ ਕੰਟਰੀਆਂ ਦੇ ਲਈ ਉਹਨਾਂ ਨੇ ਕਰਤਾ, ਅਤੇ ਉਹਦੀ ਅਮੈਰੀਕਾ ਸਿਲੈਕਸ਼ਨ ਹੋ ਗਈ। ਗੋਰੇ ਫੈਮਿਲੀ 'ਚ ਗਿਆ, ਗੋਰੇ ਸੀ ਅਤੇ ਬਹੁਤ ਅੱਛੀ ਫੈਮਿਲੀ ਸੀ, ਉਹ ਵੈਲ ਸੈਟਲਡ ਫੈਮਿਲੀ ਸੀਗੀ ਅਤੇ ਬ੍ਰੇਨੀ ਬਹੁਤ ਸੀ ਉਹ। ਮੈਨੂੰ ਇਹ ਵੀ ਲੱਗਦਾ ਵੀ ਉਹ ਇੰਜੀਨੀਅਰ ਬਣੂਗਾ, ਜਿਹਨੇ ਛੱਡਿਆ ਹੋਣਾ ਉਹਨੇ ਤਾਂ ਪਤਾ ਨਹੀਂ ਤਾਂ ਗੂੰਗਾ ਬੋਲਾ ਸਮਝ ਕੇ ਜਾਂ ਕੀ ਕਾਰਨ ਹੋਏ ਹੋਣਗੇ, 4-4.5 ਸਾਲ ਪਾਲ ਕੇ ਛੱਡਿਆ ਉਹ, ਪਰ ਉਹਦੀ ਕਿਸਮਤ ਕਿੱਥੇ ਲਿਖੀ, ਸਿੱਧਾ ਬਾਹਰ। ਹਾਂ ਬਸ ਉਹੀ ਸੀ ਉਹਦਾ। SGB ਬਾਲ ਘਰ ਦੇ ਵਿੱਚ ਕਈ ਇਹੋ ਜਿਹੇ ਬੱਚੇ ਆਉਂਦੇ ਨੇ ਜਿਨ੍ਹਾਂ ਦੀ ਕਹਾਣੀਆਂ ਤੁਸੀਂ ਤਾਂ ਸੁਣੋਗੇ ਉਹ ਹੈਰਾਨ ਹੋਵੋਗੇ, ਪਰ ਜਦੋਂ ਇਹਨਾਂ ਨੂੰ ਮਿਲਦੇ ਤਾਂ ਸੋਚੋ ਫਸਟ ਰਿਐਕਸ਼ਨ ਕਿੱਦਾਂ ਦਾ ਹੋਵੇਗਾ। ਇੱਕ ਕਹਿ ਲਓ ਗੂੰਗਾ ਬੋਲਾ ਬੱਚਾ ਜਿਹੜਾ ਇਹਨਾਂ ਕੋਲ ਪਹੁੰਚਿਆ, ਜਿਸਦੀ ਕਹਾਣੀ ਆਪਣੇ ਆਪ ਦੱਸਣਗੇ, ਕਿਵੇਂ ਉਹ ਬੱਚੇ ਨੂੰ ਜਿਹੜਾ ਨਵਾਂ ਜੀਵਨ ਮਿਲਦਾ ਹੈ ਅਤੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਦੇ ਵਧਦੇ ਉਸਨੂੰ ਹਰ ਇੱਕ ਚੀਜ਼ ਪਤਾ ਲੱਗਦੀ। ਇਸ ਘਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਜੁੜੀਆਂ ਨੇ ਜੋ ਸ਼ਾਇਦ ਦਿਲ ਨੂੰ ਤਾਂ ਖੁਸ਼ ਕਰਨਗੀਆਂ, ਪਰ ਇੱਕ ਵਾਰੀ ਜਿਹੜਾ ਝਟਕਾ ਤਾਂ ਜ਼ਰੂਰ ਲੱਗਦਾ ਕਿ ਇਸ ਜਗ੍ਹਾ 'ਤੇ ਪਹੁੰਚਣ ਦਾ ਉਹਨਾਂ ਦਾ ਕੀ ਰੀਜ਼ਨ ਹੋਏਗਾ, ਕੀ ਮਜਬੂਰੀਆਂ ਹੋਣਗੀਆਂ। ਚਲੋ ਇੱਕ ਸਾਡੇ ਕਹਿ ਲਓ ਸਮਾਜ ਦੀ ਤਰਾਸਦੀ ਹੈ ਜਿਸ ਨੂੰ ਅਸੀਂ ਸਾਈਡ 'ਤੇ ਰੱਖ ਕੇ ਪੋਜ਼ਿਟਿਵ ਚੀਜ਼ਾਂ ਵੱਲ ਜ਼ਰੂਰ ਜਾਵਾਂਗੇ। ਕੀ ਕਹਾਣੀ ਉਸ ਬੱਚੇ ਦੀ ਜਿਹੜੀ ਤੁਸੀਂ ਦੱਸਣਾ ਚਾਹੁੰਦੇ? ਇੱਕ ਬੱਚਾ ਮਿਲਿਆ ਸੀ ਆਪਾਂ ਨੂੰ, ਆਪਣੀ ਨਾ ਚਾਈਲਡ ਲਾਈਨ ਲੁਧਿਆਣਾ ਰੇਲਵੇ 'ਤੇ ਚੱਲਦੀ ਸੀ, ਇੱਕ ਗੌਰਮੈਂਟ ਦਾ ਪ੍ਰੋਜੈਕਟ ਹੈ, ਉਹ ਦੋਨੇ ਆਪਣੇ ਕੋਲ ਸੀਗੇ। ਉੱਥੇ ਬੱਚਾ ਆ ਗਿਆ 4-4.5 ਸਾਲ ਦਾ, ਮੈਨੂੰ ਕੋਆਰਡੀਨੇਟਰ ਦੀ ਕਾਲ ਆਈ, ਮੈਂ ਉਦੋਂ ਡਾਇਰੈਕਟਰ ਹੁੰਦਾ ਸੀ ਚਾਈਲਡ ਲਾਈਨ ਦਾ। ਉਹ ਕਹਿੰਦੇ ਵੀ ਸਾਰਾ ਇੱਦਾਂ ਇੱਕ ਬੱਚਾ ਮਿਲਿਆ, ਇੰਨੇ ਕੁ ਸਾਲ ਦਾ ਉਹਦੀ ਉਮਰ ਹੈ ਵੀ, ਪਰ ਬੋਲਦਾ ਨਹੀਂ। ਮੈਂ ਕਿਹਾ ਚਲੋ ਕੋਈ ਨਹੀਂ, ਉਹਦਾ ਮੈਡੀਕਲ ਜਿਹੜਾ ਜਨਰਲ ਮੈਡੀਕਲ ਅਸੀਂ ਕਰਵਾਉਣਾ ਹੁੰਦਾ ਉਹ ਕਰਵਾਓ ਅਤੇ ਫਿਰ ਆਪਾਂ ਦੇਖਦੇ ਹਾਂ ਆਰਡਰ ਕਰਵਾਉਂਦੇ ਹਾਂ। ਉਹ ਬੱਚਾ ਮਿਲਿਆ ਤਾਂ ਉਹਨਾਂ ਨੇ ਮੈਡੀਕਲ ਕਰਵਾਇਆ, ਕਹਿੰਦੇ ਜੀ ਗੂੰਗਾ ਅਤੇ ਬੋਲਾ ਹੈ। ਬੱਚੇ ਦਾ ਰੰਗ ਵੀ ਇਹ ਲੱਗਦਾ ਸੀ ਵੀ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਉਹ, ਅਤੇ ਉਹਦੀ ਅਸੀਂ ਸਾਡਾ ਇੱਕ ਸਿਸਟਮ ਬਣਿਆ ਹੋਇਆ, ਉਹਦੇ ਪੋਸਟਰ ਬਣਾ ਲੈਂਦੇ ਹਾਂ, ਪੋਸਟਰ ਰੇਲਵੇ ਸਟੇਸ਼ਨ 'ਤੇ ਵੱਧ ਲਾ ਦਿੰਦੇ ਹਾਂ, ਜਾਂ ਸਾਨੂੰ ਜਿੱਥੇ ਪਤਾ ਹੁੰਦਾ ਵੀ ਵੱਧ ਪ੍ਰਵਾਸੀ ਨੇ ਅਸੀਂ ਉੱਥੇ ਵੀ ਲਾ ਦਿੰਦੇ ਤਾਂ ਕਿ ਬੱਚੇ ਦੇ ਪੇਰੈਂਟਸ ਮਿਲ ਜਾਣ। ਕੋਸ਼ਿਸ਼ ਇਹ ਹੁੰਦੀ ਆ ਵੀ ਪਹਿਲਾਂ ਬੱਚਾ ਪੇਰੈਂਟਸ ਕੋਲ ਜਾਵੇ, ਜੇ ਨਹੀਂ ਹੁੰਦਾ ਫਿਰ ਤਾਂ ਇੱਕ ਸਿਸਟਮ ਹੈ ਅਡੋਪਸ਼ਨ ਦਾ, ਤਾਂ ਗੌਰਮੈਂਟ ਦੇ ਸਿਸਟਮ 'ਚ ਪਾ ਦਿੰਦੇ ਹਾਂ। ਉਹ ਬੱਚੇ ਦਾ ਰੰਗ ਵੀ ਕਾਫੀ ਕਾਲਾ ਸੀ ਪਰ ਬ੍ਰੇਨੀ ਸੀ ਬਹੁਤ ਉਹ। ਇੱਕ ਦਿਨ ਮੈਂ ਇੱਦਾਂ ਹੀ ਆਫਿਸ ਬੈਠਾ ਤਾਂ ਕੁੜੀ ਇੱਕ ਲੈ ਕੇ ਆ ਗਈ ਇੱਥੋਂ, ਆਂਟੀ ਲੈ ਕੇ ਆ ਗਈ ਉਹਨੂੰ, ਉਹਨੇ ਨਾ ਇੱਕ ਪਤੰਗ ਬਣਾਇਆ ਕੁਆਇਟ ਬਣਾ ਕੇ। ਉਹਨੇ ਕਿੱਥੇ ਦੇਖਿਆ ਹੋਏਗਾ, ਕਿਉਂ ਇੱਥੇ ਤਾਂ ਅਸੀਂ ਤਾਂ ਕਦੇ ਇਸ ਚੀਜ਼ ਪਾਸੇ ਨੂੰ ਨਹੀਂ ਜਾਂਦੇ ਕਿ ਇਹਨਾਂ ਬੱਚਿਆਂ ਨੂੰ ਬਸੰਤ ਵਾਲੇ ਪਾਸੇ ਨੂੰ ਵੀ ਲੈ ਕੇ ਨਹੀਂ ਜਾਂਦੇ, ਪਤੰਗ ਵਾਲੇ ਪਾਸੇ ਤੋਂ ਦੂਰ ਰੱਖਦੇ ਹਾਂ ਥੋੜ੍ਹੇ ਜਿਹਾ। ਤਾਂ ਉਹਨੇ ਉਹ ਬਣਾ ਕੇ ਇੱਕ ਪਲਾਸਟਿਕ ਦੇ ਉਹਦੇ ਨਾਲ ਹੀ ਧਾਗਿਆਂ ਨਾਲ ਬੰਨ ਕੇ ਤੀਲਾਂ ਜੀਆਂ ਇਕੱਠੀਆਂ ਕਰਕੇ ਜੋੜ ਕੇ ਮੇਰੇ ਕੋਲ ਲਾਇਆ, ਫਿਰ ਉਹ ਜੋੜ ਉਹਨੂੰ ਉਡਾ ਰਿਹਾ, ਕੋਸ਼ਿਸ਼ ਕਰ ਰਿਹਾ ਉੱਦਾਂ ਦੀ। ਅਤੇ ਉਹ ਮੇਰੇ ਨਾਲ ਗੱਲਾਂ ਕਰ, ਛੋਟੀਆਂ ਛੋਟੀਆਂ ਜਿਹੀਆਂ ਸਾਡੀਆਂ ਸਾਈਨ ਲੈਂਗੁਏਜ ਦੇ ਵਿੱਚ ਗੱਲਾਂ ਜੀਆਂ ਸ਼ੁਰੂ ਹੋ ਗਈਆਂ, ਅਤੇ ਅਸੀਂ ਅਡੋਪਸ਼ਨ ਦਾ ਉਹਦਾ ਸ਼ੁਰੂ ਕੀਤਾ। ਜਦੋਂ ਨਾ ਕੋਈ ਪੇਰੈਂਟਸ ਮਿਲਿਆ ਤਾਂ ਲਗਭਗ ਉਹ ਸਾਡੇ ਕੋਲ 2.5 ਸਾਲ ਰਿਹਾ ਇੱਥੇ, ਅਤੇ ਭੈਣ ਜੀ ਨੂੰ ਆ ਕੇ ਕਹਿੰਦਾ ਵੀ ਮੈਨੂੰ ਨਾ ਤੁਸੀਂ, ਮੈਂ ਜਦੋਂ ਬੱਚੇ ਇੱਥੇ ਜ਼ਿਆਦਾ ਟਾਈਮ ਰਹਿ ਜਾਂਦੇ ਹੈ ਤਾਂ ਅਡੋਪਸ਼ਨ 'ਚ ਜਾਂਦੇ ਹੈ ਤਾਂ ਸਾਰਾ ਪ੍ਰੋਸੈਸ ਗੌਰਮੈਂਟ ਦਾ ਹੈ, ਪਰ ਦੂਜੇ ਬੱਚੇ ਆ ਕੇ ਕਹਿਣ ਲੱਗ ਜਾਂਦੇ ਆ। ਫਿਰ ਉਹ ਸਾਈਨ ਲੈਂਗੁਏਜ ਵਿੱਚ ਆ ਕੇ ਜਿਹੜੇ ਸਾਡੇ ਪ੍ਰਧਾਨ ਨੇ ਇੱਥੇ, ਭੈਣ ਜੀ ਜਸਵੀਰ ਕੌਰ, ਉਹਨਾਂ ਨੂੰ ਉਹਨੇ ਪਹੁੰਚ ਕੀਤੀ ਵੀ ਮੈਨੂੰ ਨਾ ਮੈਨੂੰ ਵੀ ਪੇਰੈਂਟਸ ਲੱਭ ਦਿਉ ਵੀ ਮੇਰੇ ਵਾਸਤੇ। ਤਾਂ ਗੌਰਮੈਂਟ ਦੀ ਸਾਈਟ 'ਤੇ ਗਿਆ,
ਉਹ ਤੋਂ ਬਾਅਦ ਰਿਜੈਕਟ ਹੋ ਗਿਆ, ਦੋ ਜਗ੍ਹਾ ਤੋਂ ਰਿਜੈਕਟ ਹੋ ਗਿਆ, ਇੰਡੀਆ ਦੇ ਵਿੱਚ ਰਿਜੈਕਟ ਹੋਣ ਤੋਂ ਬਾਅਦ ਫਿਰ ਉਹ ਵਿਦੇਸ਼ ਦੇ ਲਈ ਖੋਲ੍ਹ ਦਿੰਦੇ ਆ, ਕੁਛ ਸਟੇਟਾਂ ਕੁਛ ਕੰਟਰੀਆਂ ਦੇ ਲਈ ਉਹਨਾਂ ਨੇ ਕਰਤਾ, ਅਤੇ ਉਹਦੀ ਅਮੈਰੀਕਾ ਸਿਲੈਕਸ਼ਨ ਹੋ ਗਈ। ਉਹਦੇ ਲਈ ਉਹਦਾ ਫਾਦਰ ਆਇਆ ਉਹਨੂੰ ਮਿਲਣ ਵਾਸਤੇ। ਹੁਣ ਇਹ ਹੋ ਗਿਆ ਵੀ ਜਦੋਂ ਕੋਈ ਬੱਚਾ ਅਡੋਪਟ ਕਰਨਾ ਤਾਂ ਅਡੋਪਸ਼ਨ ਤੋਂ ਐਕਸੈਪਟ ਕਰਨ ਤੋਂ ਪਹਿਲਾਂ, ਅਤੇ ਜੇ ਪੇਰੈਂਟਸ ਮਿਲਣਾ ਚਾਹੁਣ ਇੱਕ ਦੋ ਦਿਨ ਉਹਦੇ ਕੋਲ ਰਹਿਣਾ ਚਾਹੁਣ ਤਾਂ ਰਹਿ ਸਕਦੇ ਹਾਂ। ਉਹ ਉਹਦੇ ਨਾਲ ਆ ਕੇ ਬਹੁਤ ਗੱਲਾਂ ਕਰਦਾ ਰਿਹਾ, ਅਸੀਂ ਬਾਹਰ ਕਦੇ ਆ ਜਾਣਾ, ਉਹਨੇ ਕਦੇ ਸੱਜੇ ਖੱਬੇ ਅੰਦਰ ਹੀ ਕੈਂਪਸ ਦੇ ਵਿੱਚ ਲੈ ਜਾਣਾ ਉਹਨੂੰ, ਅਤੇ ਬ੍ਰੇਨੀ ਬਹੁਤ ਸੀ ਉਹ। ਮੈਨੂੰ ਇਹ ਵੀ ਲੱਗਦਾ ਵੀ ਉਹ ਇੰਜੀਨੀਅਰ ਬਣੂਗਾ। ਹਾਂ, ਉਹਦਾ ਬ੍ਰੇਨ ਤਾਂ ਉਹਦਾ ਇੰਨਾ ਸੀ, ਪਹਿਲੇ ਤੌਰ ਤੇ ਦੇਖਣ ਨੂੰ ਮਿਲ ਗਿਆ ਇੱਕ ਪਤੰਗ ਬਣਾਤੀ ਜੋ ਸ਼ਾਇਦ ਕਦੇ ਦੇਖੀ ਨਾ ਹੋਵੇ, ਨਾ ਉਹਨੇ ਦੇਖੀ ਵੀ ਨਹੀਂ ਹੋਣੀ, ਜਾਂ ਹੋ ਸਕਦਾ ਉਹਨੇ ਚਾਰ ਸਾਢੇ ਚਾਰ ਸਾਲ ਦਾ ਬੱਚਾ ਆਪਾਂ ਸਮਝ ਹੀ ਲੈਂਦੇ ਹਾਂ ਕਿੰਨਾ ਕੁ ਕਿਤੇ ਦੇਖੀ ਵੀ ਹੋ ਸਕਦੀ, ਪਰ ਇੱਥੇ ਨਹੀਂ ਦੇਖੀ ਉਹਨੇ ਆਪਣੇ ਕੋਲ ਰਹਿ ਕੇ, ਅਤੇ ਉਹ ਤੋਂ ਪਤਾ ਵੀ ਲੱਗਦਾ ਸੀ ਜੇ ਮੈਂ ਉਹਨੂੰ ਉਹਦੇ ਨਾਲ ਕੋਈ ਗੱਲ ਕਰਨੀ। ਅਸੀਂ ਉਸ ਤੋਂ ਬਾਅਦ ਡਾਕਟਰਾਂ ਕੋਲ ਲੈ ਗਏ, ਉਹਨੂੰ ਹਲਕਾ ਜਿਹਾ ਉਹਦਾ ਥਰੈਪੀ ਵੀ ਦੇਣੀ ਸ਼ੁਰੂ ਕੀਤੀ ਵੀ ਉਹਨੂੰ ਬੋਲਣਾ ਸਾਊਂਡ ਦਾ ਕੁਛ ਸ਼ੁਰੂ ਹੋਵੇ, ਪਰ ਉਹ ਵੱਡਾ ਹੋ ਚੁੱਕਿਆ ਸੀ ਜਦੋਂ ਤੱਕ ਉੱਥੇ ਲੈ ਕੇ ਪਹੁੰਚਣਾ, ਇੱਕ ਟਾਈਮ ਹੈ ਇਹਦਾ ਵੀ ਥਰੈਪੀ ਦਾ ਵੀ। ਅਤੇ ਫਿਰ ਉਹਨੇ ਇਹੀ ਕਰਿਆ ਕਰਨਾ ਵੀ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਪੇਰੈਂਟਸ ਆਊਟ ਆਫ ਕੰਟਰੀ ਨੇ, ਅਮੈਰੀਕਾ ਦਾ ਕਨੇਡਾ ਦਾ ਤਾਂ ਹਾਲੇ ਉਹਨੂੰ ਨਹੀਂ ਪਤਾ ਹੋਣਾ, ਈਵਨ ਕਿ ਵੈਲ ਸੈਟਲਡ ਫੈਮਿਲੀ ਸੀ ਉਹ। ਅਤੇ ਜਦੋਂ ਉਹਨੇ ਗੱਲ ਕਰਨੀ ਉਹ ਸਾਨੂੰ ਸਮਝਾਉਣ ਦੇ ਬਾਰੇ ਵੀ ਉਹਨੇ ਐਂ ਕਰਨਾ ਵੀ ਮੈਂ ਤਾਂ ਐਂ ਜਾਣਾ ਬਸ, ਜੇ ਕੋਈ ਵੀ ਗੱਲ ਕਰਨੀ ਉਹਦੀ ਹਮੇਸ਼ਾ ਜਵਾਕਾਂ ਨੂੰ ਕਹਿੰਦਾ ਹੁੰਦਾ ਸੀ। ਅਤੇ ਉੱਥੋਂ ਐਲਬਮ ਬਣ ਕੇ ਆਈ, ਉਹਦਾ ਫਾਦਰ ਇੱਥੇ ਰਹਿ ਕੇ ਗਿਆ, ਇੱਥੇ ਫੋਟੋਗ੍ਰਾਫੀ ਉਨੀਕ ਹੁੰਦੀ ਹੈ, ਫਿਰ ਉਹ ਉਹਨਾਂ ਦੀ ਏਜੰਸੀ ਨੂੰ ਦਿੰਦੇ ਨੇ, ਉਹ ਇੱਕ ਐਲਬਮ ਬਣਾ ਕੇ ਇੱਥੇ ਭੇਜ ਦਿੰਦੇ ਆ ਵੀ ਬੱਚਾ ਇੱਦਾਂ ਸੀ, ਤਾਂ ਕਿ ਬੱਚੇ ਨੂੰ ਪੇਰੈਂਟਸ ਦਾ ਪਤਾ ਲੱਗਦਾ ਰਹੇ। ਉਹਨਾਂ ਦੀ ਵੀਡੀਓ ਕਾਲਜ ਹੁੰਦੀਆਂ ਨੇ ਉੱਥੇ, ਘਰ ਕਿਵੇਂ ਦਾ, ਕੀ ਚੀਜ਼ ਹੈ। ਫਿਰ ਇਹ ਹੋ ਜਾਂਦਾ ਵੀ ਆਹ ਇਹਦਾ ਇੱਕ ਸਮੇਂ 'ਤੇ ਜਦੋਂ ਅਡੋਪਸ਼ਨ ਹੋ ਜਾਂਦੀ ਹੈ ਫਾਈਨਲ, ਕਿ ਅਡੋਪਸ਼ਨ ਡਿਪਟੀ ਕਮਿਸ਼ਨਰ ਕਰਵਾਉਂਦੇ ਨੇ, ਹੁਣ ਜਦੋਂ ਸਾਰਾ ਫਾਈਨਲ ਹੋ ਜਾਂਦਾ ਤਾਂ ਫਾਈਨਲ ਆਰਡਰ ਡਿਪਟੀ ਕਮਿਸ਼ਨਰ ਵੱਲੋਂ ਹੁੰਦਾ। ਫਿਰ ਇੱਦਾਂ ਇੱਕ ਸਿਸਟਮ ਚੱਲਦਾ, ਕਾਰਾਂ ਦੀ ਸੈਂਟਰ ਅਡੋਪਸ਼ਨ ਰਿਸੋਰਸ ਅਥਾਰਟੀ ਦੀ NOC ਆਉਂਦੀ ਹੈ, ਇੱਕ ਪੂਰਾ ਪ੍ਰੋਸੈਸ ਹੁੰਦਾ। ਅਤੇ ਜਿਵੇਂ ਜਿਵੇਂ ਉਹ ਇੱਧਰ ਚੱਲਦਾ, ਉਵੇਂ ਹੀ ਉਸ ਕੰਟਰੀ ਜਿੱਥੇ ਬੱਚੇ ਨੇ ਜਾਣਾ ਉਸ ਕੰਟਰੀ 'ਚ ਕੇਸ ਚੱਲਦਾ ਉਹਦਾ। ਉਹ ਫਿਰ ਅਸੀਂ ਜਿੱਦਣ ਕੋਰਟ ਦੇ ਸਾਨੂੰ ਡਿਪਟੀ ਕਮਿਸ਼ਨਰ ਕੋਰਟ ਦੀ ਆਰਡਰ ਆ ਜਾਂਦੇ ਨੇ, ਉਹ ਅਸੀਂ ਕਾਰਾਂ ਨੂੰ ਭੇਜਦੇ ਹਾਂ, ਕਾਰਾਂ ਅੱਗੇ ਉਹਨਾਂ ਨੂੰ ਇੱਕ ਸਰਟੀਫਿਕੇਟ ਦਿੰਦੀ ਆ ਵੀ ਇੰਡੀਆ ਦਾ ਇਹਦਾ ਪ੍ਰੋਸੈਸ ਮੁਕੰਮਲ ਹੋ ਗਿਆ, ਅਤੇ ਉਸ ਤੋਂ ਬਾਅਦ ਉਹਨੂੰ ਹੁਣ ਵੀਜ਼ਾ ਦੇ ਦਿਓ ਤੁਸੀਂ, ਉਹ ਕੰਟਰੀ ਵੀਜ਼ਾ ਦਿੰਦੀ ਆ। ਅਤੇ ਉਹਦੀ ਹੁਣ ਵੀ ਪਿੱਛੇ ਆਈ ਤਾਂ ਬਹੁਤ ਅੱਛੀ ਐਲਬਮ ਆਈ ਉਹਦੀ, ਜਿਵੇਂ ਜਿਵੇਂ ਉਹ ਗਰੋ ਕਰ ਰਿਹਾ। ਉਹ ਮੈਂ ਉਸ ਬੱਚੇ ਦਾ ਤਾਂ ਇਹ ਵੀ ਜਦੋਂ ਪਰਮਾਤਮਾ ਜਿਹਨੇ ਛੱਡਿਆ ਹੋਣਾ ਉਹਨੇ ਤਾਂ ਪਤਾ ਨਹੀਂ ਤਾਂ ਗੂੰਗਾ ਬੋਲਾ ਸਮਝ ਕੇ ਜਾਂ ਕੀ ਕਾਰਨ ਹੋਏ ਹੋਣਗੇ, ਚਾਰ ਸਾਢੇ ਚਾਰ ਸਾਲ ਪਾਲ ਕੇ ਛੱਡਿਆ ਉਹ ਵੀ ਰੇਲਵੇ ਸਟੇਸ਼ਨ 'ਤੇ ਉਹ ਕੀਤਾ, ਪਰ ਉਹਦੀ ਕਿਸਮਤ ਕਿੱਥੇ ਲਿਖੀ, ਸਿੱਧਾ ਬਾਹਰ ਗਿਆ। ਹਾਂ, ਬਸ ਉਹੀ ਸੀ ਉਹਦਾ, ਇਹ ਕਹਿ ਲਓ ਕਿਸਮਤ ਸੀਗੀ ਜਿਹੜੀ ਉਸਦੀ ਸਾਥ ਉਸਦਾ ਦੇ ਗਈ। ਇੱਕ ਪਾਸੇ ਮਾਂ ਪਿਓ ਨੇ ਛੱਡਿਆ ਅਤੇ ਦੂਜਿਆਂ ਨੇ ਗੱਲ ਲਾ ਲਈ, ਦੂਜਿਆਂ ਨੇ ਗੱਲ ਲਾ ਲਿਆ। ਦੇਖੋ ਇੱਕ ਚੀਜ਼ ਹੁੰਦੀ ਹੈ, ਸਾਨੂੰ ਇੱਕ ਦੁੱਖ ਹੁੰਦਾ ਵੀ ਉਹ ਆਪਣੇ ਜੰਮਣ ਵਾਲਿਆਂ ਤੋਂ ਦੂਰ ਚਲੇ ਗਿਆ, ਇਹ ਦੁੱਖ ਵੀ ਬਹੁਤ ਵੱਡਾ, ਪਰ ਜਦੋਂ ਜੰਮਣ ਵਾਲਿਆਂ ਨਾਲੋਂ ਜਿਨ੍ਹਾਂ ਨੇ ਸੰਭਾਲਿਆ ਉਹ ਉਹਦੀ ਕਿਸਮਤ ਦੇ, ਇਹਨੂੰ ਵੀ ਆਪਾਂ ਦਾਣਾ ਪਾਣੀ ਗਿਣ ਲਈਏ ਵੀ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਪਹੁੰਚ ਹੀ ਜਾਣਾ ਉਹਨੇ। ਉਹ ਬਹੁਤ ਜਿਹੜੇ ਗੋਰੇ ਫੈਮਿਲੀ 'ਚ ਗਿਆ, ਗੋਰੇ ਸੀ ਅਤੇ ਬਹੁਤ ਅੱਛੀ ਫੈਮਿਲੀ ਸੀ, ਉਹ ਵੈਲ ਸੈਟਲਡ ਫੈਮਿਲੀ ਸੀਗੀ, ਅਤੇ ਬਹੁਤ ਜਿਵੇਂ ਗੋਰੇ ਚਿੱਟੇ ਹੁੰਦੇ ਹੀ ਨੇ ਉਹ, ਇਹ ਕਲਰ ਦਾ ਵੀ ਇਹਦਾ ਉਹ ਸੀਗਾ, ਉਹਨੂੰ ਤਾਂ ਪਤਾ ਵੀ ਸਾਰਾ ਲੱਗਣਾ। ਪਰ ਦੇਖੋ ਉਹ ਅਸੀਂ ਇੱਥੇ ਆਮ 'ਚ ਹੁਣ ਪੰਜਾਬ 'ਚ ਬੈਠੇ ਹਾਂ, ਸਾਡੇ ਬੱਚੇ ਨਾ ਬਾਹਰ ਜਾਣ ਵਾਸਤੇ ਬਾਹਰਲੀਆਂ ਕੰਟਰੀਆਂ 'ਚ ਫੋਰਨ ਜਾਣ ਵਾਸਤੇ ਤਾਲੋ ਮੱਛੀ ਹੋ ਰਹੇ ਨੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕਰਕੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਚਲੇ ਜਾਈਏ, ਘਰ ਦੇ ਵੀ ਔਖੇ ਸੌਖੇ ਵਿਆਜ 'ਤੇ ਪੈਸਾ ਲੈ ਕੇ ਜ਼ਮੀਨਾਂ ਵੇਚ ਕੇ ਪਲੋਟ ਵੇਚ ਕੇ ਲੋਕ ਜਾ ਰਹੇ ਨੇ, ਪਰ ਜਿਹਦੀ ਕਿਸਮਤ ਸੀ ਉਹਨੂੰ ਪਤਾ ਹੀ ਨਹੀਂ ਵੀ ਮੈਂ ਕਿਵੇਂ ਜਾ ਰਿਹਾ।